ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Trend Alert ਤੇ ਜਿਵੇਂ ਕਿ ਅਸੀਂ ਪਹਿਲਾਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਕਿ ਦੀਪ ਸਰਦਾਰ ਨੇ ਫਾਈਨਲੀ ਆਸਟ੍ਰੇਲੀਆ ਤੋਂ ਇੰਡੀਆ ਵਾਪਸ ਆ ਚੁੱਕੀ ਹੈ ਉੱਥੇ ਹੀ ਤੁਹਾਨੂੰ ਦੱਸ ਦਈਏ ਬੀਤੇ ਦਿਨੀ ਉਹ ਆਪਣੇ ਪੇਕੇ ਘਰ ਗਈ ਜਿੱਥੇ ਉਹ ਆਪਣੀ ਮਾਤਾ ਜੀ ਦੇ ਨਾਲ ਮਿਲੀ ਇਸ ਦੀ ਵੀਡੀਓ ਉਸਨੇ ਸੋਸ਼ਲ ਮੀਡੀਆ ਤੇ ਵੀ ਸਾਡੇ ਨਾਲ ਸਾਂਝੀ ਕੀਤੀ ਮਾਤਾ ਜੀ ਦੀਪ ਸਰਦਾਰਨੀ ਨੂੰ ਦੇਖ ਕੇ ਕਾਫੀ ਜ਼ਿਆਦਾ ਖੁਸ਼ ਹੋ ਜਾਂਦੇ ਨੇ ਤੇ ਉਹਨਾਂ ਨੂੰ ਕੁੱਟ ਕੇ ਗੱਲ ਨਾਲ ਲਾਉਂਦੇ ਨੇ ਪਰ ਉਸ ਤੋਂ ਬਾਅਦ ਉਹ ਦੀਪ ਸਰਦਾਰਨੀ ਦੇ ਥੱਪੜ ਮਾਰਦੇ ਨੇ ਜਿਸ ਤੋਂ ਬਾਅਦ ਆਡੀਅנס ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਰਹੀ ਹੈ ਕਿ ਦੀਪ ਸਰਦਾਰਨੀ ਦੇ ਉਹਨਾਂ ਦੀ ਮਾਤਾ ਜੀ ਨੇ ਥੱਪੜ ਕਿਉਂ ਮਾਰਿਆ ਤਾਂ ਦੀਪ ਸਰਦਾਰਨੀ ਨੇ ਕਿਹਾ ਕਿ ਕਈ ਵਾਰ ਉਹਨਾਂ ਦੀ ਮਾਤਾ ਜੀ ਨੂੰ ਪਤਾ ਨਹੀਂ ਲੱਗਦਾ ਪਰ ਉਸ ਤੋਂ ਬਾਅਦ ਫੇਰ ਦੀਪ ਸਰਦਾਰਨੀ ਦੇ ਮਾਤਾ ਜੀ ਦੀਪ ਸਰਦਾਰਨੀ ਨੂੰ ਗੱਲ ਨਾਲ ਲਾਉਂਦੇ ਨੇ ਅਤੇ ਦੀਪ ਸਰਦਾਰਨੀ ਦੇ ਆਉਣ ਦੀ ਖੁਸ਼ੀ ਉਹਨਾਂ ਦੇ ਚਿਹਰੇ ਤੇ ਸਾਫ਼ ਦੇਖੀ ਜਾ ਸਕਦੀ ਹੈ। ਇੰਨਾ ਹੀ ਨਹੀਂ ਦੀਪ ਸਰਦਾਰਨੀ ਨੇ ਆਪਣੇ ਪੇਕੇ ਘਰ ਦੀ ਇੱਕ ਵੀਡੀਓ ਹੋਰ ਸਾਂਝੀ ਕੀਤੀ ਅਤੇ ਉਹ ਕਹਿੰਦੇ ਨੇ ਕਿ ਪੇਕੇ ਘਰ ਜਾ ਕੇ ਬਚਪਨਾ ਨਹੀਂ ਜਾਂਦਾ, ਬਚਪਨ ਦੀ ਯਾਦ ਆਉਂਦੀ ਹੈ ਅਤੇ ਮਾਤਾ ਪਿਤਾ ਲਈ ਅਸੀਂ ਹਮੇਸ਼ਾ ਬੱਚੇ ਹੀ ਹੁੰਦੇ ਹਾਂ। ਵੈਲ ਦੀਪ ਸਰਦਾਰਨੀ ਅਤੇ ਉਹਨਾਂ ਦੀ ਮਦਰ ਦੀ ਇਹ ਬਿਊਟੀਫੁਲ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ? ਕਮੈਂਟ ਕਰਕੇ ਜ਼ਰੂਰ ਦੱਸਣੀ